ਟ੍ਰੀਟਮੈਂਟ ਦੇ ਚਾਰ ਪਾਰਟ ਹੈ। ਸਭ ਤੋਂ ਪਹਿਲਾ ਪਾਰਟ ਹੈ ਇਹਦੇ ਬਾਰੇ ਨੌਲੇਜ ਇਕੱਠੀ ਕਰਨੀ ਕਿ ਕਿਹੜੇ ਪਾਰਟ ਦੀ ਬਿਮਾਰੀ ਹੈ, ਕਿਹੋ ਜਿਹੀ ਬਿਮਾਰੀ ਹੈ, ਪ੍ਰਾਇਮਰੀ, ਕਰੋਨਿਕ, ਪ੍ਰੋਗਰੈਸਿਵ, ਫੇਟਲ ਹੈ, ਬ੍ਰੇਨ ਦੀ ਪ੍ਰੋਬਲਮ ਹੈ, ਬ੍ਰੇਨ ਦੇ ਦੋ ਹਿੱਸੇ ਆ ਜਿਹਨਾਂ ਦੇ ਉੱਪਰ ਇਫੈਕਟ ਕਰਦੀ ਹੈ, ਜਾਂ ਲਿੰਬਿਕ ਸਿਸਟਮ ਹੋਏਗਾ ਜਾਂ ਪ੍ਰੀਫਰੈਂਟਲ ਕਾਰਟੈਕਸ ਹੋਏਗਾ, ਜਾਂ ਇਹਨਾਂ ਦੋਨਾਂ ਦੇ ਵਿੱਚ ਆਪਸ 'ਚ ਸੰਤੁਲਨ ਹੋਏਗਾ, ਇਹ ਖਰਾਬ ਹੋ ਜਾਏਗਾ। ਸੋ ਇਹ ਆ ਗਈ ਅਬੰਡੈਂਟ ਨੌਲੇਜ ਇਹਦੇ ਬਾਰੇ ਇਕੱਠੀ ਕਰਨੀ, ਐਂਡ ਇਹ ਰੋਜ਼ ਇਕੱਠੇ ਕਰਦੇ ਰਹਿਣਾ। ਫਿਰ ਉਸ ਤੋਂ ਬਾਅਦ ਇਹ ਦੇਖਣਾ ਕਿ ਵੀ ਇਹਦਾ ਟ੍ਰੀਟਮੈਂਟ ਪਲਾਨ ਕੀ ਹੋਣਾ ਚਾਹੀਦਾ, ਇਹਦੇ ਟ੍ਰੀਟਮੈਂਟ ਵਾਸਤੇ ਆਪਾਂ ਕੀ ਪਲੈਨਿੰਗ ਕਰ ਸਕਦੇ ਹਾਂ, ਉਹਦੇ ਬਾਰੇ ਹਮੇਸ਼ਾ ਜਿਹੜਾ ਨਾ ਇਨਕੁਆਇਰੀ ਕਰਦੇ ਰਹਿਣਾ ਕਿ ਮੇਰਾ ਡਾਇਗਨੋਸ ਕੀ ਹੈ, ਮੇਰੇ ਕੀ ਡਾਇਗਨੋਸ ਦੇ ਵਿੱਚ ਡਿਟੇਲ ਦੱਸੋ ਮੈਨੂੰ ਸਾਰੀ, ਮੇਰਾ ਬਾਈਪੋਲਰ ਹੈ, ਮੇਰਾ ਸਕਿਜ਼ੋਫਰੇਨੀਆ, ਮੈਂ ਸਾਈਕੋਟਿਕ ਹਾਂ, ਮੈਂ ਐਲਕੋਹਲਿਕ ਹਾਂ, ਮੈਂ ਡਿਪਰੈਸਡ ਹਾਂ, ਮੈਂ OCD ਹੈ, ਮੈਨੂੰ ਕਿਹੜੀ ਕਿਹੜੀ ਪ੍ਰੋਬਲਮਸ ਹੈਗੀ ਹੈ, ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਦੇ ਰਹਿਣਾ। ਫਿਰ ਉਹਦੇ ਪਿੱਛੇ ਇੱਕ ਵਜ੍ਹਾ ਲੱਭਣੀ ਕਿ ਇਹਦਾ ਕਾਰਨ ਕੀ ਹੋ ਸਕਦਾ, ਐਂਡ ਵਜ੍ਹਾ ਇਸ ਕਰਕੇ ਲੱਭਣੀ ਕਿ ਕਿਉਂਕਿ ਜਿਹੜੀ ਸਾਡੀ ਰੀਜ਼ਨਸ ਹੋਣਗੇ ਨਾ, ਉਹ ਰੀਜ਼ਨਸ ਠੀਕ ਰੀਜ਼ਨਸ ਨਹੀਂ ਹੋਣਗੇ, ਜਿਹੜੇ ਸਾਡੀ ਜ਼ਿੰਦਗੀ 'ਚ ਦਿਖਣਗੇ ਨਾ ਸਾਨੂੰ ਰੀਜ਼ਨ, ਕਿਉਂਕਿ ਜਿਹੜਾ ਪਹਿਲਾ ਰੀਜ਼ਨ ਕਦੀ ਵੀ ਖਿਆਲ ਕੋਈ ਵੀ ਸੋਚ ਆਉਂਦੀ ਹੈ ਨਾ, ਉਹ ਲਿੰਬਿਕ ਸਿਸਟਮ 'ਚੋਂ ਆਉਂਦੀ ਹੈ, ਉਹਨੂੰ ਡਿਸਕਾਰਡ ਕਰ ਦਿਓ। ਫਿਰ ਇੱਕ ਹੋਰ ਰੀਜ਼ਨ ਆਏਗਾ, ਫਿਰ ਉਹਨੂੰ ਡਿਸਕਾਰਡ ਕਰ ਦਿਓ, ਫਿਰ ਇੱਕ ਹੋਰ ਰੀਜ਼ਨ ਆਏਗਾ, ਫਿਰ ਉਹਨੂੰ ਵੀ ਡਿਸਕਾਰਡ ਕਰ ਦਿਓ, ਇਹ ਵੀ ਰੀਅਲ ਰੀਜ਼ਨ ਨਹੀਂ ਹੋਏਗਾ। ਫਿਰ ਇੱਕ ਚੌਥੇ ਨੰਬਰ 'ਤੇ ਰੀਜ਼ਨ ਆਏਗਾ, ਉਹ ਥੋੜ੍ਹਾ ਜਿਹਾ ਇਹਦੇ ਨਾਲ ਮਿਲਦਾ ਜੁਲਦਾ ਹੋਏਗਾ। ਫਿਰ ਇੱਕ ਪੰਜਵਾਂ ਰੀਜ਼ਨ ਆਏਗਾ, ਹਾਂ ਹੁਣ ਤੁਸੀਂ ਕੋਸ਼ਿਸ਼ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਠੀਕ ਰੀਜ਼ਨ ਨਜ਼ਰ ਨਾ ਆਏ। ਇਹਦਾ ਮਤਲਬ ਹੁੰਦਾ ਕਿ ਜਿਹੜੀ ਸੋਚ ਤੁਹਾਡੀ ਪਹਿਲੀ ਆ ਰਹੀ ਹੈ ਨਾ, ਉਹਨੂੰ ਡਿਸਕਾਰਡ ਕਰ ਦਿਓ, ਦੂਸਰੀ ਸੋਚ ਆ ਰਹੀ ਹੈ ਡਿਸਕਾਰਡ, ਤੀਸਰੀ ਸੋਚ ਆ ਰਹੀ ਹੈ ਡਿਸਕਾਰਡ, ਐਂਡ ਕੀਪ ਔਨ ਟ੍ਰਾਇੰਗ ਫੋਰ ਦਾ ਨੈਕਸਟ ਸੋਚ। ਹੁਣ ਜਿਹੜੀ ਇਸ ਤੋਂ ਬਾਅਦ ਸੋਚ ਆਏਗੀ ਨਾ, ਉਹ ਠੀਕ ਸੋਚ ਹੋਏਗੀ, ਕਿਉਂਕਿ ਉਹ ਪ੍ਰੀਫਰੈਂਟਲ ਕਾਰਟੈਕਸ ਤੋਂ ਆ ਰਹੀ ਹੋਏਗੀ। ਜਿਹੜੀਆਂ ਪਹਿਲਾਂ ਪੰਜ ਸੋਚਾਂ ਆ ਰਹੀਆਂ ਹੋਣਗੀਆਂ, ਉਹ ਹਮੇਸ਼ਾ ਚੇਂਬਰੇਨ ਦੇ ਕਰਕੇ ਆ ਰਹੀਆਂ ਹੋਣਗੀਆਂ। ਇਹਦਾ ਮਤਲਬ ਹੈ ਦੋ ਚੀਜ਼ਾਂ ਹੋ ਗਈਆਂ, ਪਹਿਲੀ ਚੀਜ਼ ਕੀ ਹੈ, ਇਨਫ ਆਫ ਨੌਲੇਜ, ਬੜੀ ਨੌਲੇਜ ਇਕੱਠੀ ਕਰੋ ਆਪਣੇ ਬਿਮਾਰੀ ਬਾਰੇ ਵੀ, ਆਪਣੇ ਬ੍ਰੇਨ ਬਾਰੇ ਵੀ, ਐਂਡ ਉਹਨੂੰ ਕਹਿੰਦੇ ਸੈਲਫ ਡਾਇਗਨੋਸਿਸ, ਕਿ ਆਪਣੇ ਆਪ ਡਾਇਗਨੋਸ ਕਰੋ ਕਿ ਇਹ ਡਾਇਗਨੋਸ ਕੀ ਹੈ, ਮੇਰਾ ਡਾਇਗਨੋਸ ਕੀ ਹੈ, ਡਾਕਟਰ ਨਾਲ ਗੱਲ ਕਰੋ, ਮੇਰਾ ਡਾਇਗਨੋਸ ਕੀ ਹੈ, ਤੁਸੀਂ ਟ੍ਰੀਟਮੈਂਟ ਕੀ ਕਰ ਰਹੇ ਹੋ, ਕੀ ਐਕਸਪੈਕਟ ਕਰਦੇ ਹਾਂ, ਇਹ ਕਰੋ। ਦੂਸਰਾ ਇਹ ਕਰੋ ਕਿ ਜਿਹੜੀ ਸੋਚ ਤੁਹਾਨੂੰ ਐਕਚੁਅਲੀ ਲੱਗਦੀ ਹੈ ਨਾ, ਜਿਸ ਕਰਕੇ ਮੈਂ ਬਿਮਾਰ ਹਾਂ, ਉਹ ਠੀਕ ਸੋਚ ਨਹੀਂ ਹੈਗੀ, ਉਹਨਾਂ ਸੋਚਾਂ ਨੂੰ ਡਿਸਕਾਰਡ ਕਰੋ, ਐਂਡ ਉਦੋਂ ਤੱਕ ਕੋਸ਼ਿਸ਼ ਕਰਦੇ ਰਹੋ ਉਹਨਾਂ ਸੋਚਾਂ ਨੂੰ ਇਨਵੈਸਟੀਗੇਟ ਕਰਦੇ ਰਹੋ ਜਦੋਂ ਤੱਕ ਬਿਲਕੁਲ ਠੀਕ ਰੀਅਲ ਸੋਚ ਨਾ ਆ ਜਾਏ, ਉਹ ਕਾਫੀ ਦੇਰ ਬਾਅਦ ਆਉਂਦੀ ਹੈ, ਉਹ ਇੰਨੀ ਜਲਦੀ ਨਹੀਂ ਆਉਂਦੀ। ਤੀਸਰੀ ਚੀਜ਼ ਇਹ ਕਰਨੀ ਹੈ ਕਿ ਆਪਣੀ ਬਿਮਾਰੀ ਦੀ ਰਿਸਪੈਕਟ ਕਰੋ, ਕਿ ਹਰ ਜਿਹੜੀ ਬਿਮਾਰੀ ਹੁੰਦੀ ਹੈ ਨਾ, ਉਹ ਆਪਣੇ ਨਾਲ ਕੁਛ ਰਿਸਟ੍ਰਿਕਸ਼ਨਸ ਲੈ ਕੇ ਆਉਂਦੀ ਹੈ। ਦੁਨੀਆ ਦੀਆਂ ਜਿੰਨੀਆਂ ਵੀ ਬਿਮਾਰੀਆਂ ਨਾ, ਇਹ ਰਿਸਪੈਕਟ 'ਚ ਆਉਂਦੀਆਂ, ਕਿਉਂਕਿ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨਾ, ਸੈਲਫ ਪ੍ਰੋਟੈਕਸ਼ਨ, ਆਪਣੇ ਉੱਪਰ ਇੱਕ ਪ੍ਰੋਟੈਕਸ਼ਨ ਲੈ ਕੇ ਆਉਂਦੀਆਂ, ਬੱਬਲ ਲੈ ਕੇ ਆਉਂਦੀਆਂ, ਭਾਵੇਂ ਉਹ ਡਾਇਬਟੀਜ਼ ਹੈ, ਭਾਵੇਂ ਉਹ ਕੈਂਸਰ ਹੈ, ਭਾਵੇਂ ਰਿਊਮੇਟਾਇਡ ਆਰਥਰਾਈਟਿਸ ਹੈ, ਭਾਵੇਂ ਕੋਈ ਵੀ ਹੈ, ਇਹ ਬਿਮਾਰੀਆਂ ਜਦੋਂ ਸਾਡੇ ਅੰਦਰ ਪੈਦਾ ਹੁੰਦੀਆਂ ਨਾ, ਇਹ ਆਪਣੇ ਆਪ ਨਾਲ ਆਪਣੀ ਪ੍ਰੋਟੈਕਸ਼ਨ ਕਰਨੀ ਵੀ ਜਾਣਦੀਆਂ, ਐਂਡ ਜਲਦੀ ਕਿਤੇ ਇਹਨਾਂ ਦਾ ਇਲਾਜ ਨਹੀਂ ਹੁੰਦਾ, ਕਿਉਂਕਿ ਇਹ ਇਲਾਜ ਕਰਾਉਣ ਨਹੀਂ ਦਿੰਦੀਆਂ। ਸੋ ਜਦੋਂ ਤੁਸੀਂ ਥਰਡ ਸਟੈਪ ਤੇ ਪਹੁੰਚੋਗੇ, ਫਿਰ ਤੁਸੀਂ ਇਹ ਦੇਖੋਗੇ ਕਿ ਅੱਛਾ ਇਸ ਬਿਮਾਰੀ ਦੀਆਂ ਕੀ ਰਿਸਟ੍ਰਿਕਸ਼ਨਸ ਹੈ। ਜੇ ਹੁਣ ਕਿਸੇ ਦਾ ਗਲਾ ਖਰਾਬ ਹੈ ਤੇ ਉਹਨੂੰ ਕਹਿੰਦੇ ਠੰਡਾ ਪਾਣੀ ਨਾ ਪੀਣਾ, ਜੇ ਕਿਸੇ ਦਾ ਮੈਦਾ ਖਰਾਬ ਹੈ ਤੇ ਉਹਨੂੰ ਕਹਿੰਦੇ ਬਾਹਰ ਦਾ ਖਾਣਾ ਨਾ ਖਾਏ, ਹਾਲੇ ਘਰ ਦਾ ਖਾਣਾ ਖਾਣਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਲੰਗਸ ਠੀਕ ਨਹੀਂ ਹੈ, ਉਹਨੂੰ ਕਹੋ ਜੀ ਤੂੰ ਪਹਾੜਾਂ 'ਤੇ ਨਹੀਂ ਜਾਣਾ, ਤੂੰ ਉੱਥੇ ਜਾ ਕੇ ਆਕਸੀਜਨ ਜਿੱਥੇ ਘੱਟਦੀ ਉੱਥੇ ਨਹੀਂ ਜਾਣਾ। ਜੇ ਤੁਹਾਨੂੰ ਕੋਈ ਵੀ ਤਕਲੀਫ ਆਉਂਦੀ ਹੈ ਨਾ, ਉਹਦੇ ਨਾਲ ਉਹਦੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਐਂਡ ਜਦੋਂ ਅਸੀਂ ਬਿਮਾਰੀ ਦੀ ਰਿਸਪੈਕਟ ਕਰਦੇ ਹਾਂ,
ਇਹਦਾ ਮਤਲਬ ਹੁੰਦਾ ਕਿ ਉਹਦੀਆਂ ਅਸੀਂ ਰਿਸਟ੍ਰਿਕਸ਼ਨ ਦੀ ਰਿਸਪੈਕਟ ਕਰਦੇ ਹਾਂ, ਇਹ ਕੰਮ ਕਰਨੇ ਆ, ਇਹ ਕੰਮ ਨਹੀਂ ਕਰਨੇ। ਇਹਨੂੰ ਬੰਦਿਸ਼ ਨਹੀਂ ਸਮਝਣਾ, ਇਹਨੂੰ ਰਿਸਪੈਕਟਫੁਲੀ ਕਹਿਣਾ। ਜੇ ਹੁਣ ਸਾਡੀ ਬਿਮਾਰੀ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਕਿ ਸਲਿਪਰੀ ਟਾਈਮ 'ਤੇ ਨਾ ਜਾਓ ਬਾਹਰ, ਸਲਿਪਰੀ ਪਲੇਸਿਸ 'ਤੇ ਨਾ ਜਾਓ, ਸਲਿਪਰੀ ਫਰੈਂਡਸ ਨੂੰ ਨਾ ਮਿਲੋ, ਅਤੇ ਉਹ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਕਰਕੇ ਤੁਹਾਡਾ ਇਲਾਜ ਜਿਹੜਾ ਨੰਬਰ 2 'ਤੇ ਆ ਜਾਵੇ। ਕੋਈ ਕੰਮ, ਕੋਈ ਕਮਾਈ ਨਹੀਂ, ਕੋਈ ਪੜ੍ਹਾਈ ਨਹੀਂ, ਕੋਈ ਵਿਆਹ ਨਹੀਂ, ਕੋਈ ਕੋਈ ਵੀ ਜਿੰਨੀ ਮਰਜ਼ੀ ਤੁਸੀਂ ਕਹੋ ਕਿ ਪੁੰਨ ਵਾਲਾ ਕੰਮ ਹੈ, ਨਾ। ਪਹਿਲਾ ਨੰਬਰ ਟ੍ਰੀਟਮੈਂਟ, ਫਿਰ ਉਹ ਨੰਬਰ 'ਤੇ। ਇਹਦੀ ਰਿਸਪੈਕਟ ਕਰਨੀ ਹੈ ਕਿ ਬਿਮਾਰੀ ਦੀ ਅਸੀਂ ਰਿਸਪੈਕਟ ਕਰ ਰਹੇ ਹਾਂ। ਹੁਣ ਦੇਖੋ 3 ਸਟੈਪ ਹੋ ਗਏ। ਪਹਿਲੀ ਗੱਲ ਪ੍ਰਾਇਮਰੀ ਕਰੋਨਿਕ ਪ੍ਰੋਗਰੈਸਿਵ ਫੇਟਲ, ਦੂਸਰਾ ਇਟਸ ਏ ਬ੍ਰੇਨ ਡਿਜ਼ੀਜ਼, ਥਰਡ ਕਿ ਤੁਸੀਂ ਇਹਦੀ ਇਸ ਬਿਮਾਰੀ ਨੂੰ ਅੱਛੀ ਤਰ੍ਹਾਂ ਸਮਝੋ, ਅਤੇ ਫਿਰ ਇਸ ਬਿਮਾਰੀ ਦੀ ਰਿਸਪੈਕਟ ਕਰੋ ਕਿ ਵੀ ਇਹ ਬਿਮਾਰੀ ਕੀ ਕਹਿ ਰਹੀ ਹੈ, ਕੀ ਛੱਡਣਾ ਅਤੇ ਕੀ ਖਾਣਾ। ਡਾਇਬਟਿਕ ਨੇ ਕੀ ਛੱਡਣਾ, ਬਲੱਡ ਪ੍ਰੈਸ਼ਰ ਵਾਲੇ ਨੇ ਕੀ ਛੱਡਣਾ। ਇਹ ਬਿਮਾਰੀਆਂ ਆਪਣੀ ਰਿਸਪੈਕਟ ਚਾਹੁੰਦੀਆਂ। ਜੇ ਅਸੀਂ ਰਿਸਪੈਕਟ ਨਹੀਂ ਕਰਾਂਗੇ, ਬਿਮਾਰੀਆਂ ਸਾਨੂੰ ਡੈਵਸਟੇਟ ਕਰਨਗੀਆਂ। ਚੌਥਾ ਨੰਬਰ ਆਉਂਦਾ ਹੈਗਾ ਕਿ ਆਪਣੀ ਬਿਮਾਰੀ ਦੀ ਜ਼ਿੰਮੇਵਾਰੀ ਆਪ ਲੈਣੀ, ਆਪਣੀ ਬਿਮਾਰੀ ਦੀ ਜ਼ਿੰਮੇਵਾਰੀ ਇਸ ਤਰ੍ਹਾਂ ਲੈਣੀ ਕਿ ਆਪਣੀ ਬਿਮਾਰੀ ਨੂੰ ਬਲੇਮ ਨਹੀਂ ਕਰਨਾ ਕਿਸੇ 'ਤੇ, ਆਪਣੀ ਬਿਮਾਰੀ ਦੀ ਇਲਾਜ ਦੀ ਜ਼ਿੰਮੇਵਾਰੀ ਲੈਣੀ ਕਿ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਬਿਮਾਰ ਹਾਂ, ਹੁਣ ਅੱਜ ਤੋਂ ਬਾਅਦ ਇਲਾਜ ਮੈਂ ਕਰਾਊਂਗਾ, ਕੋਈ ਨਹੀਂ ਮੇਰੇ ਕਰਾਏਗਾ। ਆਮ ਤੌਰ 'ਤੇ ਸਾਡਾ ਕੀ ਹੁੰਦਾ ਕਿ ਸਾਡੇ ਇੱਥੇ ਪੇਸ਼ੈਂਟ ਜਿਹੜੇ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ, ਪਰ ਜਦੋਂ ਸਾਡੇ ਪੇਸ਼ੈਂਟ ਇੱਥੇ ਆ ਜਾਂਦੇ, ਆਪਣਾ ਟ੍ਰੀਟਮੈਂਟ ਕਰਵਾਉਂਦੇ ਆ, ਫਿਰ ਇੱਕ ਦਿਨ ਆਉਂਦਾ ਜਦੋਂ ਉਹਨਾਂ ਨੂੰ ਆਪਣੀ ਬਿਮਾਰੀ ਦੀ ਜ਼ਿੰਮੇਵਾਰੀ ਆਪ ਚੁੱਕਣੀ ਪੈਣੀ ਹੈ। ਜੇ ਅਸੀਂ ਇਹ ਜ਼ਿੰਮੇਵਾਰੀ ਕਿਸੇ ਦੇ ਉੱਪਰ ਰੱਖਾਂਗੇ, ਭਾਵੇਂ ਉਹ ਰਿਸ਼ਤੇਦਾਰ ਹੈ, ਭਾਵੇਂ ਵਾਈਫ ਹੈ, ਭਾਵੇਂ ਸਪਾਊਸ ਹੈ, ਭਾਵੇਂ ਪੇਰੈਂਟਸ ਹੈ, ਫਿਰ ਬਿਮਾਰੀ ਤੁਹਾਨੂੰ ਉਦੋਂ ਤੱਕ ਟੋਰਚਰ ਕਰਦੀ ਰਹੇਗੀ ਜਦੋਂ ਤੱਕ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਚੁੱਕੋਗੇ। ਸੋ ਇਟਸ ਅ ਨੈਸੈਸਿਟੀ, ਇਟ ਇਜ਼ ਨਾਟ ਏ ਲਗਜ਼ਰੀ ਕਿ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਬੜੀ ਪ੍ਰਾਊਡ ਫੀਲਿੰਗ ਹੈ ਕਿ ਮੈਂ ਆਪਣੀ ਬਿਮਾਰੀ ਦੀ ਜ਼ਿੰਮੇਵਾਰੀ ਆਪ ਲੈ ਲਈ ਹੈ। ਨੋ, ਇਟ ਇਜ਼ ਅ ਪਾਰਟ ਆਫ ਦ ਟ੍ਰੀਟਮੈਂਟ, ਤੁਸੀਂ ਨਾ ਲਓ। ਇਹ ਤੁਹਾਨੂੰ ਉਦੋਂ ਤੱਕ ਡੈਵਸਟੇਟ ਕਰਦੀ ਰਹੇਗੀ ਜਦੋਂ ਤੱਕ ਤੁਸੀਂ ਇਹਦੀ ਜ਼ਿੰਮੇਵਾਰੀ ਆਪ ਨਹੀਂ ਲਓਗੇ। ਸੋ ਨਾਓ ਆਈ ਹੈਵ ਕਾਊਂਟਡ 4 ਸਟੈਪਸ। ਨੰਬਰ 1 ਸਟੈਪ ਇਜ਼ ਕਿ ਟੂ ਅੰਡਰਸਟੈਂਡ ਇਨਫ ਆਫ ਨੌਲੇਜ ਦੈਟ ਇਟ ਇਜ਼ ਅ ਪ੍ਰਾਇਮਰੀ ਕਰੋਨਿਕ ਪ੍ਰੋਗਰੈਸਿਵ ਐਂਡ ਫੇਟਲ ਡਿਜ਼ੀਜ਼ ਐਂਡ ਇਟ ਰਿਕੁਆਇਰਸ ਫੁੱਲ ਨੌਲੇਜ ਐਂਡ ਇਟ ਰਿਕੁਆਇਰਸ ਫੋਰ ਸਰਟਨ ਲਿਮੀਟੇਸ਼ਨਸ ਕਿ ਇਹ ਕੰਮ ਕਰਨੇ ਹੈ, ਇਹ ਕੰਮ ਆਪਾਂ ਨਹੀਂ ਕਰਨੇ। ਫਿਰ ਇਹ ਕਰਦੀ ਹੈ ਕਿ ਇਹ ਕਿਉਂਕਿ ਪ੍ਰੋਟੈਕਟ ਕਰਦੀ ਹੈ ਅਤੇ ਇਹਨੂੰ ਰਿਸਪੈਕਟ ਮੰਗਦੀ ਹੈ, ਰਿਸਪੈਕਟ ਦੇਣੀ, ਐਂਡ ਫਿਰ ਇਹਨੂੰ ਅੰਡਰਸਟੈਂਡ ਕਰਨਾ ਕਿ ਉਹ ਨੌਲੇਜ ਇਕੱਠੀ ਕਰਨੀ ਜਿਹਦੇ ਕਰਕੇ ਇਹਦੀ ਰੀਅਲ ਵਜ੍ਹਾ ਤੁਹਾਨੂੰ ਨਜ਼ਰ ਆ ਜਾਵੇ। ਰੀਅਲ ਵਜ੍ਹਾ ਉਹ ਨਹੀਂ ਹੁੰਦੀ ਕਿ ਇਹਨੇ ਮੈਨੂੰ ਤੰਗ ਕੀਤਾ ਤਾਂ ਮੈਂ ਕੀਤਾ, ਉਹਨੇ ਮੈਨੂੰ ਇਹ ਕੀਤਾ, ਮਾਂ ਪਿਓ ਨੇ ਮੇਰੇ ਨਾਲ ਇਹ ਕੀਤਾ, ਘਰ ਦਾ ਮਾਹੌਲ ਇਹੋ ਜਿਹਾ ਸੀਗਾ, ਇਹ ਨਹੀਂ ਰੀਅਲ ਵਜ੍ਹਾ ਹੁੰਦੀ। ਰੀਅਲ ਵਜ੍ਹਾ ਹੁੰਦੀ ਹੈ ਪ੍ਰਾਇਮਰੀ ਹੁੰਦੀ ਹੈ, ਜੈਨੇਟਿਕ ਹੁੰਦੀ ਹੈ, ਇਨਵਾਇਰਮੈਂਟ 'ਚ ਹੁੰਦੀ ਹੈ, ਕੋਈ ਨਾ ਕੋਈ ਰੀਜ਼ਨ ਹੋਏਗਾ। ਜੇ ਰੀਜ਼ਨ ਨਹੀਂ ਵੀ ਲੱਭਦਾ ਤਾਂ ਫਿਰ ਹਾਲੇ ਡਿਸਕਾਰਡ ਕਰੀ ਜਾਓ। ਜਿੰਨੇ ਤੁਹਾਨੂੰ ਖਿਆਲ ਆਉਂਦੇ ਨਾ, ਇਹਨੇ ਮੈਨੂੰ ਬਿਮਾਰ ਕੀਤਾ, ਉਹਨੇ ਮੈਨੂੰ ਬਿਮਾਰ ਕੀਤਾ, ਇਹ ਸਾਰੇ ਝੂਠੇ ਖਿਆਲ ਹੈ। ਇੱਕ ਦਿਨ ਕੋਸ਼ਿਸ਼ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਇੱਕ ਦਿਨ ਤੁਹਾਨੂੰ ਸੱਚਾ ਖਿਆਲ ਆ ਜਾਏਗਾ, ਠੀਕ ਖਿਆਲ ਆ ਜਾਏਗਾ। ਸੱਚਾ ਮਤਲਬ ਠੀਕ ਖਿਆਲ ਆ ਜਾਏਗਾ। ਹਾਲੇ ਵੀ ਤੁਹਾਨੂੰ ਸੱਚਾ ਲੱਗਦਾ ਵੀ ਇਹਦੇ ਕਰਕੇ ਮੈਂ ਬਿਮਾਰ ਹਾਂ, ਤੁਹਾਨੂੰ ਲੱਗਦਾ ਨਾ ਮੈਂ ਅਲਕੋਹਲ ਕਰਕੇ ਬਿਮਾਰ ਹਾਂ, ਅਲਕੋਹਲ ਇਜ਼ ਨਾਟ ਦ ਰੀਜ਼ਨ। ਤੁਹਾਡੇ ਅੰਦਰ ਇੱਕ ਬਾਈਪੋਲਰ ਡਿਸਆਰਡਰ, ਤੁਹਾਡੇ ਅੰਦਰ ਇੱਕ ਜੈਨੇਟਿਕ ਡਿਸਆਰਡਰ ਹੈ, ਉਹਨਾਂ ਨੂੰ ਤਾਂ ਇਹ ਸਭ ਕੁਝ ਨਹੀਂ ਹੁੰਦਾ ਜੋ ਤੁਹਾਡੇ ਨਾਲ ਹੋਣ ਡਿਆ। ਇਹਦਾ ਮਤਲਬ ਹੈ ਕਿ ਇਟ ਇਜ਼ ਏ ਐਲਡੀਹਾਈਡ ਡਿਸਆਰਡਰ, ਇਟ ਇਜ਼ ਨਾਟ ਏ ਅਲਕੋਹਲ ਡਿਸਆਰਡਰ, ਇਟਸ ਏ ਬਾਈਪੋਲਰ ਡਿਸਆਰਡਰ। ਹੁਣ ਬਾਈਪੋਲਰ ਹੈ, ਅਲਕੋਹਲਿਕ ਹੈ, ਡਾਇਬਟਿਕ ਹੈ, ਬਲੱਡ ਪ੍ਰੈਸ਼ਰ ਹੈ, ਜੇ 4-5 ਡਿਜ਼ੀਜ਼ ਪ੍ਰਾਇਮਰੀ ਕਰੋਨਿਕ ਇਕੱਠੀਆਂ ਹੈਗੀਆਂ ਤਾਂ ਫਿਰ ਉਹਦੀ ਰਿਸਪੈਕਟ, ਹੁਣ 4-5 ਤੁਸੀਂ ਪਹਿਲੇ ਦਿਨ ਥੋੜ੍ਹੀ ਮੰਨ ਲਓਗੇ,
ਇਹਦਾ ਮਤਲਬ ਮੈਂ ਤੁਹਾਨੂੰ ਕੀ ਕਹਿੰਦਾ ਕਿ ਪਹਿਲੇ ਖਿਆਲ, ਦੂਸਰੇ ਖਿਆਲ, ਤੀਸਰੇ ਖਿਆਲ, ਚੌਥੇ ਖਿਆਲ ਨੂੰ ਛੱਡਦੇ ਜਾਓ ਐਂਡ ਉਦੋਂ ਤੱਕ ਕੋਸ਼ਿਸ਼ ਕਰਦੇ ਰਹੋ ਜਦੋਂ ਤੱਕ ਤੁਸੀਂ ਕਲੋਜ਼ ਟੂ ਰਿਐਲਿਟੀ ਨਾ ਪਹੁੰਚ। ਫਿਰ ਉਹਦੀਆਂ ਲਿਮਿਟੇਸ਼ਨ ਦੀ ਰਿਸਪੈਕਟ ਕਰੋ ਕਿ ਜੇ ਮੈਨੂੰ ਇਹ ਚਾਰ ਬਿਮਾਰੀਆਂ ਤੇ ਫਿਰ ਮੇਰੀਆਂ ਲਿਮਿਟੇਸ਼ਨ ਦੱਸੋ ਜੀ, ਡਾਕਟਰ ਸਾਹਿਬ ਮੈਂ ਕਿਹੜੇ ਕੰਮ ਕਰ ਸਕਦਾ, ਕਿਹੜੇ ਕੰਮ ਨਹੀਂ ਕਰ ਸਕਦਾ, ਇਹ ਮੈਨੂੰ ਪੂਰਾ ਪੂਰਾ ਪਲਾਨ ਕਰਕੇ ਦਿਓ ਐਂਡ ਅੱਜ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕਰਾਂਗਾ ਜਿਹੜਾ ਤੁਹਾਡੇ ਪੁੱਛੇ ਬਗੈਰ ਮੈਂ ਕਰਾਂਗਾ। ਜੇ ਮੈਂ ਫਾਲੋ ਅਪ ਕਰਨਾ ਤਾਂ ਮੈਂ ਫਾਲੋ ਅਪ ਤੇ ਆਵਾਂਗਾ ਹੀ ਆਵਾਂਗਾ। ਤੇ ਚੌਥਾ ਹੈ ਕਿ ਆਪਣੀ ਜ਼ਿੰਮੇਵਾਰੀ ਚੁੱਕਣੀ। ਉਹ ਜ਼ਿੰਮੇਵਾਰੀ ਦਾ ਇਸ ਤਰ੍ਹਾਂ ਹੁੰਦਾ ਕਿ ਪਹਿਲੀ ਵਾਰੀ ਤੁਹਾਨੂੰ ਫੈਮਿਲੀ ਲੈ ਕੇ ਆਉਂਦੀ ਹੈ, ਦੂਜੀ ਵਾਰੀ ਕੀ ਹੁੰਦਾ ਕਿ ਤੁਸੀਂ ਪਹਿਲਾਂ ਆਉਂਦੇ ਹੋ, ਫੈਮਿਲੀ ਤੁਹਾਡੀ ਪਿੱਛੇ ਰਹਿ ਜਾਂਦੀ ਹੈ। ਇਹਦਾ ਮਤਲਬ ਹੁੰਦਾ ਕਿ ਹੁਣ ਪੇਸ਼ੈਂਟ ਨੇ ਆਪਣੀ ਬਿਮਾਰੀ ਦੀ ਜ਼ਿੰਮੇਵਾਰੀ ਚੁੱਕ ਲਈ।